भाजपा के सीनियर नेता इंदर सेखड़ी के घर के अंदर उन्होंने पार्किंग च खड़ी गड्डी ते फायर लगन का मामला सामने आया है। उथे पुलिस का कहना है कि घर के अंदर एक खोल भी बरामद होया है और उन्होंने वालों जांच शुरू कर दी गई है। पूरी जानकारी तुहानू दस दिने, बटाला दे रहन वाले इंदर सेखड़ी जो कि राजनीतिक नेता ने ते भाजपा दे सीनियर नेता ने दस्या कि बीती रात ओ घर च मौजूद सन कि अचानक उन्हानू आवाज आई ता एवें लगा कि कोई पटाका चलिया है। लेकिन हैरान करन वाला मामला ए सी कि जद सवेरे देखिया ता उन्हां दे घर दे अंदर खड़ी उन्हां दी गड्डी ते गोली दा निशान सी अते गड्डी दे नेड़े एक खोल भी मिलिया है। उथे इंदर सेखड़ी का कहना है कि उन्हां दे वल्लों इस मामले दे विच पुलिस नूं सूचित किया गया है और पुलिस दे वल्लों जांच की जा रही है। उधर इस मामले ते जांच कर रहे डीएसपी सिटी ललित कुमार ने दस्या है कि वो खुद पंजाब थाना इंचार्ज नाल सूचना मिलने ते मौके ते आ गए सन, जबकि उन्हां दे वल्लों मौके ते मिले खोल नूं कब्जे दे विच लै लिया गया है और गड्डी ते गोली दा निशान भी है। उन्हां दे वल्लों इस मामले च तफतीश की जा रही है और सीसीटीवी कैमरे की फुटेज भी खंगाली जा रही है। ਇਸ ਤਰ੍ਹਾਂ ਜੀ, ਕੱਲ ਕੋਈ ਸ਼ਾਮੀ 8:30 ਵਜੇ ਰਾਤੀ ਕੋਈ ਸਾਨੂੰ ਬਾਹਰ ਮੇਰੇ ਸਰਵੈਂਟਸ ਨੇ ਵੀ ਤੇ ਮੈਂ ਵੀ ਸੁਣੀ ਹੈ ਆਵਾਜ਼, ਕੋਈ ਜਿਸ ਤਰ੍ਹਾਂ ਪਟਾਕਾ ਚੱਲਿਆ ਉਸ ਤਰ੍ਹਾਂ ਆਵਾਜ਼ ਆਈ ਹੈ। ਅਸੀਂ ਉਦੋਂ ਉਸ ਚੀਜ਼ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲਿੱਤਾ। ਮੈਂ ਉਦੋਂ ਇੱਕ ਸ਼ਾਦੀ 'ਤੇ ਜਾਣਾ ਸੀ, ਤਿਆਰ ਹੋ ਕੇ ਮੈਂ ਬਾਹਰ ਜਾ ਰਿਹਾ ਸੀ ਅਤੇ ਆਪਾਂ ਮੈਂ ਤਾਂ ਸ਼ਾਦੀ 'ਤੇ ਚਲਾ ਗਿਆ ਅਤੇ ਉਹ ਗਈ ਗੱਲ ਜਿਹੜੀ ਆਈ ਗਈ ਹੋ ਗਈ ਕਿ ਪਟਾਕਾ ਕੋਈ ਚੱਲ ਗਿਆ ਬਾਹਰ ਜਾਂ ਕੋਈ ਆਵਾਜ਼ ਆ ਗਈ। ਅਸੀਂ ਉਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ। ਸਵੇਰੇ ਮੇਰੇ ਡਰਾਈਵਰ ਨੇ ਮੈਨੂੰ ਆ ਕੇ ਕਾਰ ਸਾਫ਼ ਕਰਨ ਲੱਗੇ ਦੱਸਿਆ ਕਿ ਕੋਈ ਕਾਰ ਮੇਰੀ ਬੋਨਟ ਤੋਂ ਡੈਮੇਜ ਹੋਈ ਸੀ। ਫਿਰ ਵੀ ਮੈਂ ਜਾ ਕੇ ਦੇਖਿਆ ਤੇ ਫਿਰ ਵੀ ਮੈਂ ਇਹਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ। ਮੈਂ ਕਿਹਾ ਸ਼ਾਇਦ ਕੋਈ ਕਿਸੇ ਨੇ ਕੋਈ ਲੋਹੇ ਦੀ ਚੀਜ਼ ਨੇ ਡੈਮੇਜ ਕਰ ਦਿੱਤਾ। ਫਿਰ ਉਹਦੇ ਬਾਅਦ ਮੇਰੇ ਸਰਵੈਂਟ ਦਾ ਬੇਟਾ ਬਾਹਰ ਖੇਡ ਰਿਹਾ ਸੀ, ਉਹਦੇ ਹੱਥ 'ਚ ਕੋਈ ਸੈੱਲ ਦੇ ਬਰਾਬਰ ਦੀ ਕੋਈ ਚੀਜ਼ ਉਹਦੇ ਹੱਥ 'ਚ ਲੱਗੀ ਅਤੇ ਉਹ ਮੇਰੇ ਕੋਲ ਲੈ ਕੇ ਆ ਗਿਆ ਕਿ ਜੀ ਇਹ ਇਸ ਤਰ੍ਹਾਂ ਗੋਲ ਜਿਹੀ ਚੀਜ਼ ਬਰਾਮਦ ਹੋਈ ਹੈ। ਉਹ ਵੱਡੀ ਬੁਲਟ ਸੀ ਤੇ ਜਦੋਂ ਬੁਲਟ ਮੇਰੇ ਹੱਥ 'ਚ ਆਈ ਤੇ ਫਿਰ ਮੈਂ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਹੋਇਆ ਡੀ ਐਸ ਪੀ ਸਿਟੀ ਨੂੰ ਬੁਲਾਇਆ। ਉਹਨਾਂ ਨੂੰ ਮੈਂ ਇਨਫੋਰਮ ਕੀਤਾ ਕਿ ਇਸ ਤਰ੍ਹਾਂ ਫਾਇਰਿੰਗ ਹੋਈ ਹੈ ਮੇਰੇ ਉੱਤੇ ਰਾਤੀ, ਔਰ ਉਹਨਾਂ ਵੀ ਹੀ ਵਾਜ਼ ਵੈਰੀ ਕਾਇੰਡ, ਉਹ 15 ਮਿੰਟਾਂ 'ਚ ਮੇਰੇ ਕੋਲ ਪਹੁੰਚ ਗਏ ਸੀ ਇੱਥੇ ਔਰ ਉਹਨਾਂ ਨੇ ਹੁਣ ਉਹ ਬੁਲਟ ਵੀ ਟੇਕ ਅਪ ਕਰ ਲਈ ਮੇਰੇ ਕੋਲੋਂ, ਲੈ ਗਏ ਨੇ ਕਾਰ ਵੀ ਮੇਰੀ ਉਹਨਾਂ ਨੇ ਪੁਲਿਸ ਸਟੇਸ਼ਨ ਉਹ ਲੈ ਗਏ ਨੇ ਤੇ ਮੈਂ ਇਹਦੇ ਬਾਰੇ ਕੀ ਦੱਸ ਸਕਦਾ ਮੈਂ ਕਿ ਇਹ ਤਾਂ ਮੇਰੀ ਕਿਸੇ ਨਾਲ ਰੰਜਿਸ਼ ਤਾਂ ਕੋਈ ਹੈ ਨਹੀਂ। ਮੈਂ ਇੰਨੇ ਸਾਲਾਂ 'ਚ ਮੈਂ ਰਹਿ ਰਿਹਾ ਇੱਥੇ ਬਟਾਲੇ ਸ਼ਹਿਰ, ਕਦੀ ਮੈਂ ਕਦੀ ਸਿਕਿਉਰਿਟੀ ਨਹੀਂ ਲਈ, ਕਦੀ ਮੈਂ ਆਪਣੇ ਕੋਲ ਵੈਪਨ ਨਹੀਂ ਰੱਖਿਆ, ਕੋਈ ਕਿਸੇ ਨਾਲ ਐਸਾ ਮਨ ਮੁਟਾਵ ਵੀ ਨਹੀਂ ਹੈ ਮੇਰਾ। ਕਿਉਂਕਿ ਮੈਂ ਕਹਿ ਰਿਹਾ ਕਿਸ ਨੂੰ ਕਹਿ ਦੇਵਾਂ, ਸੀਸੀਟੀਵੀ ਫੁਟੇਜ ਮੇਰੇ ਕੋਠੀ ਦੇ ਬਾਹਰ ਸਾਹਮਣੇ ਕੈਮਰਾ ਲੱਗਾ ਦੁਕਾਨ 'ਤੇ, ਉਹ ਸ਼ਰਮਾ ਜੀ ਦੀ ਦੁਕਾਨ ਆ, ਉੱਥੋਂ ਪੁਲਿਸ ਜਿਹੜੀ ਹੈ ਜਿੱਥੇ ਜਿੱਥੇ ਉਹਨਾਂ ਨੂੰ ਲੱਗਾ ਉਹ ਸਾਰੇ ਸੀਸੀਟੀਵੀਆਂ ਦੇ ਕੈਮਰੇ ਦਾ ਰਿਕਾਰਡਿੰਗ ਲੈ ਗਈ ਤੇ ਦੇ ਆਰ ਇਨਵੈਸਟੀਗੇਟਿੰਗ। ਬਾਕੀ ਇਹ ਮਾਹੌਲ ਖਰਾਬ ਕਰਨ ਦਾ ਇੱਕ ਏਜੰਡਾ ਲੱਗਦਾ ਜੋ ਚੱਲ ਰਿਹਾ ਇਸ ਵੇਲੇ ਮਾਹੌਲ। ਮੇਰੀ ਅਪੀਲ ਹੈ ਸਰਕਾਰ ਨੂੰ ਔਰ ਪੁਲਿਸ ਨੂੰ ਇਸ ਚੀਜ਼ 'ਤੇ ਨੱਥ ਪਾਉਣ ਔਰ ਮਾਹੌਲ ਨੂੰ ਖਰਾਬ ਨਾ ਹੋਣ ਦੇਣ ਔਰ ਸਿਕਿਉਰਿਟੀ ਪ੍ਰੋਵਾਈਡ ਕਰਨ ਸਾਰਿਆਂ ਨੇ। ਮੈਨੂੰ ਫੋਨ ਕੀਤਾ ਸੀ ਵੀ ਇਸ ਤਰ੍ਹਾਂ ਮੇਰੀ ਗੋਲੀ ਚੱਲੀ ਆ ਯੂਨੀਵਰਸਿਟੀ ਦਾ, ਅੱਜ ਫੋਨ ਆਇਆ ਸੀ ਮੇਰੇ ਗੋਲੀ ਚੱਲੀ। ਮੈਂ ਮੁੜ ਕੇ ਮੈਂ ਔਰ ਐਸ ਐਚ ਓ ਸਿਟੀ ਦੋਵੇਂ ਮੌਕੇ 'ਤੇ ਜਾ ਕੇ ਆਏ ਹਾਂ, ਉੱਥੋਂ ਗੋਲ ਬਰਾਮਦ ਹੋਇਆ ਅਤੇ ਕੱਲ੍ਹ ਕਹਿੰਦੇ ਗੋਲੀ ਚੱਲੀ, ਅੱਜ ਸਵੇਰੇ ਮੈਨੂੰ 9 ਵਜੇ ਲੱਗਾ ਜੀ ਪਤਾ। ਸਰ ਕੀ ਉਹ ਗੱਡੀ ਚੱਲਦੀ ਸੀ ਜਾਂ ਕਿਵੇਂ ਦਾ? ਨਹੀਂ ਖੜੀ ਜੀ, ਖੜੀ ਜੀ, ਖੜੀ ਘਰ ਹੀ। ਅੱਛਾ, ਪਾਰਕਿੰਗ 'ਚ ਗੱਡੀ ਲੱਗੀ ਹੋਈ? ਹਾਂਜੀ, ਘਰ ਦੀ ਉਹਨੇ 2-3 ਗੱਡੀਆਂ ਲੱਗੀਆਂ ਸੀ ਜੀ। ਇੱਕ ਗੱਡੀ ਸੀ ਜਿਹੜੀ ਅਤੇ ਬਿਲਕੁਲ ਨਿਊ ਗੱਡੀ ਸੀ, ਉਹਦੇ ਵਿੱਚ ਕਹਿੰਦੇ ਵੀ ਬੁੰਡ 'ਤੇ ਗੋਲੀ ਲੱਗੀ, ਪਰ ਬੁੰਡ 'ਤੇ ਗੋਲੀ ਆਰ ਪਾਰ ਨਹੀਂ ਹੋਈ ਜੀ। ਅਤੇ ਲਾਗੇ ਕੰਧ ਦੇ ਕੋਲ ਨਾ ਉੱਥੇ ਕਹਿੰਦਾ ਖੋਲ ਮਿਲਿਆ ਸਵੇਰੇ ਡਰਾਈਵਰ 9 ਵਜੇ ਸਵੇਰੇ, ਪਰ ਦੱਸਿਆ ਉਹਨਾਂ ਨੇ ਸਾਨੂੰ ਹੁਣ ਕਹਿੰਦੇ ਰਾਤ ਦਾ ਇੰਡੀਸੀਡੈਂਟ ਜਿਹੜਾ ਰਾਤ ਦਾ ਜੀ। ਸੀਸੀਟੀਵੀ ਕੈਮਰੇ ਦੀ ਫੁਟੇਜ ਸਰ ਚੈੱਕ ਨਹੀਂ ਕਰ, ਚੈੱਕ ਕਰਕੇ ਫਿਰ ਕਾਰਵਾਈ ਹੋਏਗੀ ਜੋ ਵੀ ਹੋਊਗਾ ਜੀ। ਬਸ ਇਹਨੇ ਕਹਿੰਦੇ ਜਸ ਨੂੰ ਦੱਸ ਹੋ ਜਾਣਾ ਜੀ ਜਾਂਚ ਕੀ ਮੇਰੇ ਮਾਲਕ ਮੂਲੀ ਜਾਂਚ ਇਹ ਲੱਗਣ ਦੇ ਵੀ ਜਿਹੜੀ ਗੋਲੀ ਆ ਬੁੰਡ ਦੇ ਪਾ ਤੇ ਨਾ ਹੋਈ, ਬੜੀ ਰਿਐਲਿਟੀ ਆ। ਬਾਕੀ ਕੈਮਰੇ ਸਾਹਮਣੇ ਵੀ ਹੈਗੇ ਦੁਕਾਨਦਾਰਾਂ ਦੇ, ਠੀਕ ਹੈ ਜੀ, ਉਹ ਵੇਖ ਲੈਂਦੇ ਭਾਜੀ। ਬਟਾਲਾ ਤੋਂ ਰੋਹਿਤ ਦੀ ਰਿਪੋਰਟ।